ਹਸਪਤਾਲ ਦੇ ਬੈੱਡ ਤੇ ਸਿਰ ਅਤੇ ਬਾਹਾਂ ਤੇ ਪੱਟੀਆਂ ਕਰਵਾਈ ਪਿਆ ਇਹ ਹੈ ਪੰਜਾਬ ਪੁਲਿਸ ਦਾ ਹੋਮਗਾਰਡ ਜਗਸੀਰ ਸਿੰਘ ਜੋ ਹਸਪਤਾਲ 'ਚ ਇਸ ਲਈ ਭਰਤੀ ਹੋਇਆ ਕਿਉਂਕਿ ਬੀਤੀ ਰਾਤ ਜਦ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਉੱਤੇ ਕੁਝ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਹੋਮਗਾਰਡ ਦੇ ਜਵਾਨ ਜਗਸੀਰ ਸਿੰਘ ਤੇ ਇੰਨੇ ਵਾਰ ਕੀਤੇ ਕਿ ਉਸਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਪੀੜਤ ਹੋਮਗਾਰਡ ਜਗਸੀਰ ਸਿੰਘ ਦੀ ਪਤਨੀ ਅਤੇ ਪੁੱਤ ਮੁਤਾਬਕ ਉਹ ਜ਼ਖਮੀ ਹਾਲਤ 'ਚ ਕਰੀਬ 6 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਆਪਣੇ ਘਰ ਪਹੁੰਚਿਆ, ਜਿਸ ਦੇ ਬਾਅਦ ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਹਨਾਂ ਕਿਹਾ ਕਿ ਪੀੜਤ ਜਗਸੀਰ ਸਿੰਘ ਦਾ ਹਾਲ ਜਾਣਨ ਜਾਂ ਕਿਸੇ ਤਰ੍ਹਾਂ ਦੀ ਆਰਥਿਕ ਸਹਾਇਤਾ ਕਰਨ ਲਈ ਪੁਲਿਸ ਮਹਿਕਮੇ ਦਾ ਕੋਈ ਵੀ ਅਧਿਕਾਰੀ ਉਹਨਾਂ ਕੋਲ ਨਹੀਂ ਪਹੁੰਚਿਆ। ਲੁਟੇਰੇ ਜਗਸੀਰ ਸਿੰਘ ਕੋਲੋਂ ਹੋਰ ਕੀ ਕੁਝ ਲੁੱਟ ਕੇ ਲੈ ਗਏ ਆ ਤੁਸੀਂ ਪੀੜਤ ਦੀ ਪਤਨੀ ਅਤੇ ਪੁੱਤ ਦੀ ਜ਼ੁਬਾਨੀ ਆਪ ਹੀ ਸੁਣ ਲਓ। ਰਾਤ ਨੂੰ ਜਦੋਂ ਸੱਟ ਲੱਗੀ ਇਹਨਾਂ ਦੇ ਜਾਂ 3 ਵਜੇ ਪਹੁੰਚਿਆ, ਜ਼ਖਮੀ ਹੋਣ ਤੋਂ ਬਾਅਦ ਕਿੰਨੀ ਦੂਰੀ ਇਹਨਾਂ ਨੇ ਤੈਅ ਕੀਤੀ? 6 ਕਿਲੋਮੀਟਰ। ਹੁਣ ਇਹਨਾਂ ਦੀ ਹਾਲਤ ਕਿਹੋ ਜਿਹੀ ਹੈ? ਹੁਣ ਹਾਲਤ ਦੇਖੀ ਜਾਂਦੇ ਕਿੰਨਾ ਕੁ ਤੁਹਾਡਾ ਜਿਹੜਾ ਦਵਾਈਆਂ ਵਗੈਰਾ ਦਾ ਖਰਚਾ ਹੁਣ ਤੱਕ ਹੋ ਚੁੱਕਿਆ? ਹੁਣ ਤੱਕ ਖਰਚਾ 30,000 ਹੋ ਚੁੱਕਾ ਹੈ। ਦੁਕਾਨ ਕਿਸੇ ਕੋਈ ਮਹਿਕਮੇ ਵੱਲੋਂ ਜਾਂ ਕਿਸੇ ਸੰਗਠਨ ਵੱਲੋਂ ਤੁਹਾਨੂੰ ਕੋਈ ਨਕਦੀ ਦੀ ਮਦਦ ਦਿੱਤੀ ਗਈ ਹੈ? ਨਹੀਂ ਨਹੀਂ ਜੀ ਨਹੀਂ। ਅਸੀਂ ਕੋਈ ਅਫਸਰ ਹਾਲ ਚਾਲ ਪੁੱਛਣ ਕਿਹੜੇ ਕਿਹੜੇ ਆਏ ਹੁਣ ਤੱਕ? DSP ਨਹੀਂ ਆਏ, SHO ਸਾਹਿਬ ਆਏ ਸੀ ਵੱਡੇ। ਤੇ ਡਾਕਟਰ ਹੁਣ ਕੀ ਕਹਿ ਰਹੇ ਆ ਵੀ ਕਿਹੋ ਜਿਹੀ ਕੰਡੀਸ਼ਨ ਹੈ, ਕਦੋਂ ਤੱਕ ਇਹ ਘਰ ਜਾ ਸਕਣਗੇ, ਕੁਛ ਦੱਸਿਆ ਡਾਕਟਰਾਂ ਨੇ? ਨਹੀਂ ਹਜੇ ਕੋਈ ਨਹੀਂ ਜੀ। ਬੱਚੇ ਸਾਡੇ ਪੜ੍ਹ ਰਹੇ ਆ। ਕਿੰਨੇ ਬੱਚੇ ਆ ਜੀ? 3 ਬੱਚੇ ਆ, 2 ਕਾਕੇ 1 ਗੁੱਡੀ ਆ, ਤਿੰਨਾਂ ਦਾ ਪੜ੍ਹਾਈ ਚੱਲਦੀ ਇਹਨਾਂ ਦੀ ਜੀ। ਤੇ ਕਮਾਈ ਦਾ ਸਾਧਨ ਇਹੀ ਹੈ? ਹਾਂ ਜੀ ਇਹੀ ਹੈ। ਕੱਲ੍ਹ ਬਲਵੰਤ ਸਿੰਘ ਮੇਰੇ ਫਾਦਰ ਸਾਹਿਬ ਨੇ ਅਤੇ ਇਹ ਨਾਈਟ ਡਿਊਟੀ ਤੋਂ ਮਤਲਬ ਕਿ ਘਰ ਜਾ ਰਹੇ ਸੀਗੇ ਜੀ, ਅਤੇ ਜੋ ਕਿ ਰਸਤੇ ਤਬੀਅਤ ਖਰਾਬ ਹੋਣ ਕਾਰਨ ਇਹ ਆਪਦੇ ਇੰਚਾਰਜ ਸਾਹਿਬ ਨੂੰ ਪੁੱਛ ਕੇ ਘਰ ਜਾ ਰਹੇ ਸੀ। 3 ਬੰਦੇ ਸੀਗੇ ਜੀ, ਮਤਲਬ ਕਿ ਤਕਰੀਬਨ ਸਿਰ 'ਚ 10 ਥਾਵਾਂ 'ਤੇ ਆ। ਅਤੇ ਕੋਈ ਪੈਸੇ ਧੇਲੇ ਦੀ ਖੋਹ ਵਗੈਰਾ ਹੋਈ ਹੈ ਕੁਛ ਕਿ ਨਹੀਂ? 8,000 ਰੁਪਇਆ ਸੀਗਾ ਜੀ ਵਿੱਚੋਂ, ਅਤੇ ਕੁਛ ਇਹਨਾਂ ਨੇ ਮਤਲਬ ਕਿ ਲਾਏ ਸੀਗੇ, ਜਿਹਦੇ ਕਾਰਨ ਮਤਲਬ ਕਿ 7,000 7,500 ਰੁਪਏ ਰਹਿ ਗਏ ਸੀ। ਪੈਸਿਆਂ ਤੋਂ ਬਿਨਾਂ ਹੋਰ ਕੀ ਸੀ ਕੁਛ ਚੀਜ਼? ਇੱਕ ਮਤਲਬ ਕਿ ਸੋਨੇ ਦੀ ਛਾਪ ਸੀਗੀ ਅਤੇ ਚਾਂਦੀ ਦੀ ਛਾਪ ਸੀਗੀ ਪਾਈ ਹੋਈ, ਪਰਸ ਸੀਗਾ ਜੀ, ਅਤੇ ਪਰਸ ਦੇ ਵਿੱਚ ਸੀਗੇ ਆਈਡੈਂਟੀ ਕਾਰਡ ਸੀਗੇ, ਆਧਾਰ ਕਾਰਡ, ਪੈਨ ਕਾਰਡ, ਵੋਟ ਕਾਰਡ ਅਤੇ ATM ਸੀਗੇ ਬੈਂਕ ਦੇ। ਉੱਧਰ ਹਸਪਤਾਲ 'ਚ ਜ਼ਖਮੀ ਜਗਸੀਰ ਸਿੰਘ ਦਾ ਇਲਾਜ ਕਰ ਰਹੇ ਡਾਕਟਰ ਮੁਤਾਬਕ ਉਸਦੇ ਸਿਰ 'ਚ 10 ਜਗ੍ਹਾ ਸੱਟਾਂ ਲੱਗੀਆਂ ਅਤੇ 100 ਤੋਂ ਜ਼ਿਆਦਾ ਟਾਂਕੇ ਲੱਗੇ ਨੇ। ਉਹਨਾਂ ਦੱਸਿਆ ਕਿ ਪਰਿਵਾਰ ਕੋਲ ਜਿੰਨੇ ਪੈਸੇ ਸਨ ਉਹ ਜਮ੍ਹਾਂ ਕਰਵਾ ਚੁੱਕੇ ਨੇ, ਪਰ ਕਿਸੇ ਵੱਲੋਂ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਹ ਜੀ ਪਰਸੋਂ ਰਾਤ ਨੂੰ ਆਇਆ ਸੀਗਾ ਅਤੇ ਕਿਸੇ ਨੇ ਉਹ ਜਿਵੇਂ ਉਹ ਦੱਸ ਰਿਹਾ ਹੈਗਾ ਵੀ ਕਿਸੇ ਨੇ ਉਹਨੂੰ ਸੱਟਾਂ ਮਾਰੀਆਂ ਹੈਗੀਆਂ ਘੇਰ ਕੇ, ਬਹੁਤ ਜ਼ਿਆਦਾ ਸੱਟਾਂ ਸੀਗੀਆਂ। ਜਗਸੀਰ ਸਿੰਘ ਉਹਦਾ ਨਾਂ ਹੈਗਾ ਅਤੇ ਵੈਸੇ ਹੁਣ ਸਟੇਬਲ ਹੈਗਾ। ਸਿਰ ਦੀ ਸੱਟ ਕਿੱਥੇ ਕਿੱਥੇ ਜ਼ਿਆਦਾ? ਸਿਰ ਦੀ ਸੱਟ ਹੈ ਅਤੇ ਕਾਫੀ ਥਾਵਾਂ ਤੇ ਉਹਦੇ ਕੱਟ ਲੱਗੇ ਹੋਏ। ਸਰ ਸਟਿਚ ਟੋਟਲ ਕਿੰਨੇ ਕੁ ਲੱਗੇ, ਕੋਈ ਰਾਊਂਡ ਫਿਗਰ ਆਈਡੀਆ ਹੋਵੇ? 100 ਤੋਂ ਉੱਪਰ ਲੱਗਿਆ ਹੋਣਾ ਜੀ ਸਟਿਚ ਤਾਂ ਉਹਦੇ। ਅਤੇ ਸਰ ਕੋਈ ਉਹਨਾਂ ਦੇ ਸਟੇਟਮੈਂਟ ਦੇਣ ਦੇ ਲਈ ਫਿੱਟ ਹੈਗੇ ਕਿ ਨਹੀਂ ਹੁਣ ਤੱਕ? ਅੱਜ ਠੀਕ ਲੱਗਦਾ ਜੀ, ਅੱਜ ਜੇ ਠੀਕ ਰਿਹਾ ਤਾਂ ਫਿਰ ਉਹਦੇ ਬਿਆਨ ਕਰਾ। ਇਲਾਜ ਤਾਂ ਉਹਨਾਂ ਨੇ ਮੇਰੇ ਕੋਲ ਕੁਛ ਪੈਸੇ ਜਮ੍ਹਾਂ ਕਰਾਇਆ ਜੀ, ਹਜੇ ਉਹਨਾਂ ਕੋਲ ਪੈਸੇ ਹੈ ਨਹੀਂ ਸੀਗੇ। ਉੱਥੇ ਹੀ ਜਦ ਸ਼ਹਿਰ ਦਾ ਮੀਡੀਆ ਹਸਪਤਾਲ ਪਹੁੰਚਿਆ ਤਾਂ ਪੁਲਿਸ ਦੇ ਵੱਡੇ ਅਫਸਰ ਵੀ ਜ਼ਖਮੀ ਹੋਮਗਾਰਡ ਦਾ ਹਾਲ ਪੁੱਛਣ ਪਹੁੰਚ ਗਏ, ਪਰ ਆਰਥਿਕ ਮਦਦ ਦੀ ਗੱਲ ਉਹਨਾਂ ਨੇ ਆਪਣੇ ਵੱਡੇ ਅਫਸਰਾਂ ਤੇ ਛੱਡ ਦਿੱਤੀ। ਆ ਤੁਸੀਂ ਆਪ ਹੀ ਸੁਣ ਲਓ। ਇਹਦੇ 'ਚ ਜੀ ਕੱਲ੍ਹ ਵੀ ਅਸੀਂ ਆਏ ਸੀ, ਇਹਦੇ ਕੋਲ ਡਾਕਟਰ ਨੇ ਅਨਫਿਟ ਦੇ ਦਿੱਤਾ ਸੀ ਇਹਨੂੰ ਬਿਆਨ ਦੇਣ ਲਈ, ਅਤੇ ਅੱਜ ਅਸੀਂ ਇਹਨਾਂ ਦੇ ਬਿਆਨ ਲਿਖ ਕੇ ਅਤੇ ਫਿਰ ਹੁਣ FIR ਰਜਿਸਟਰ ਕਰਕੇ ਅਤੇ ਦੋਸ਼ੀਆਂ ਨੂੰ ਲੱਭਦੇ। ਇਹ ਹਜੇ ਇਹਨੇ ਦੱਸਿਆ ਨਹੀਂ, ਪਰ ਮੁੱਢਲੀ ਪੁੱਛਗਿੱਛ 'ਚ ਦੱਸਦਾ ਕਿ 3 ਬੰਦੇ ਸਨ। ਨਹੀਂ ਹਜੇ ਪਰਿਵਾਰ ਨੂੰ ਅਸੀਂ ਅੱਜ ਹੀ ਮਿਲੇ ਹਾਂ ਜੀ, ਇਹ ਕਹਿੰਦੇ ਨੇ ਤਾਂ ਅਸੀਂ SSP ਸਰ ਨਾਲ ਗੱਲ ਕਰਕੇ ਫਿਰ ਜਿੱਦਾਂ ਉਹ ਕਹਿਣਗੇ ਉੱਦਾਂ ਕਰਾਂਗੇ। ਸਟੇਬਲ ਡਾਕਟਰ ਕਹਿੰਦੇ ਸਟੇਬਲ ਹੈ ਅਤੇ ਰਿਕਵਰ ਕਰ ਲਿਆ। ਜ਼ਿਕਰਯੋਗ ਹੈ ਕਿ ਜਦ ਨਿਹੰਗਾਂ ਵੱਲੋਂ ਪੁਲਿਸ ਦੇ ASI ਦਾ ਹੱਥ ਵੱਢਿਆ ਗਿਆ ਸੀ ਤਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਉਸ ASI ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਅਤੇ ਉਸਦੇ ਬੇਟੇ ਨੂੰ ਪੰਜਾਬ ਪੁਲਿਸ 'ਚ ਨੌਕਰੀ ਵੀ ਦੇ ਦਿੱਤੀ। ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਗਸੀਰ ਸਿੰਘ ਵੀ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਹੈ, ਪਰ ਉਸਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ। ਹੁਣ ਦੇਖਣਾ ਹੋਵੇਗਾ ਕਿ ਹਸਪਤਾਲ 'ਚ ਪਏ ਇਸ ਹੋਮਗਾਰਡ ਦੀ ਮਦਦ ਕੌਣ ਕਰਦਾ ਹੈ ਤਾਂ ਜੋ ਆਪਣਾ ਇਲਾਜ ਚੰਗੀ ਤਰ੍ਹਾਂ ਕਰਵਾ ਸਕੇ। ਹਕੀਕਤ TV ਪੰਜਾਬੀ ਲਈ ਗਿੱਦੜਬਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ।